ਕੁਝ ਗੱਲਾਂ ਕਰਾਂਗੇ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੋਵਿਡ ਸਥਿਤੀ ਕਿਵੇਂ ਚੱਲ ਰਹੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਵੇਲੇ ਸਾਡੀ ਜਿਹੜੀ ਪੋਜ਼ਿਟਿਵਿਟੀ ਰੇਸ਼ੋ ਹੈ ਉਹ ਕਾਫੀ ਘੱਟ ਗਈ। ਰੈਡ ਸੈਂਪਲ ਜਿਹੜੇ ਰੈਪਿਡ ਐਂਟੀਜਨ ਟੈਸਟ ਹੁੰਦੇ ਨੇ, ਅੱਜ 437 ਸੈਂਪਲਾਂ ਵਿੱਚੋਂ ਕੇਵਲ 2 ਲੋਕ ਪੋਜ਼ਿਟਿਵ ਆਏ, ਤਕਰੀਬਨ 0.5% ਰਹਿ ਗਈ ਹੈ। ਔਰ ਜਿਹੜੇ ਅਸੀਂ RT-PCR ਟੈਸਟ ਕਰ ਰਹੇ ਹਾਂ ਹਾਈ ਰਿਸਕ ਕੈਟਾਗਰੀ ਵਿੱਚ, ਉੱਥੇ ਵੀ 1% ਰਹਿ ਗਈ ਹੈ। ਪੂਰੇ ਜ਼ਿਲ੍ਹੇ ਵਾਸਤੇ ਪਹਿਲਾਂ ਇਹ ਰੇਸ਼ੋ ਜਦੋਂ ਪੀਕ ਟਾਈਮ ਸੀਗਾ 8 ਜਾਂ 9% ਚਲੀ ਗਈ ਸੀ। ਅੱਜ ਆਪਾਂ ਸਾਰੇ ਜਣੇ ਰਲ ਮਿਲ ਕੇ ਕੋਵਿਡ ਦੀ ਬਿਮਾਰੀ ਕਾਫੀ ਹੱਦ ਤੱਕ ਕੰਟਰੋਲ ਪਾਉਣ ਦੇ ਵਿੱਚ ਸਮਰੱਥ ਹੋਏ। ਇਹ ਤਦੇ ਸੰਭਵ ਹੋਇਆ ਜਦੋਂ ਸਾਰਿਆਂ ਨੇ ਮਿਲ ਕੇ ਸਹਿਯੋਗ ਦਿੱਤਾ। ਮੈਂ ਸਾਰੇ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਜ਼ਿਲ੍ਹਾ ਗੁਰਦਾਸਪੁਰ ਨੇ ਕੋਵਿਡ ਦਾ ਇੱਕ ਬਹੁਤ ਹੀ ਇੰਪੋਰਟੈਂਟ ਇੰਡੀਕੇਟਰ ਹੁੰਦਾ ਹੈ, ਉਹਨੂੰ ਕਹਿੰਦੇ ਆ ਕੰਟੈਕਟ ਟੂ ਕੇਸ ਰੇਸ਼ੋ। ਕਿੰਨੇ ਪੇਸ਼ੈਂਟ ਪੋਜ਼ਿਟਿਵ ਆਏ ਗਏ, ਉਹਨਾਂ ਦੇ ਕਿੰਨੇ ਕੰਟੈਕਟ ਟੈਸਟ ਕੀਤੇ ਗਏ। ਅੰਤਰਰਾਸ਼ਟਰੀ ਲੈਵਲ ਦੇ ਉੱਪਰ ਭਾਰਤ ਸਰਕਾਰ ਦੀ ਹੈਲਥ ਮਿਨਿਸਟਰੀ ਨਿਸ਼ਚਿਤ ਕੀਤਾ ਗਿਆ ਸੀ ਕਿ ਇੱਕ ਪੋਜ਼ਿਟਿਵ ਵਿਅਕਤੀ ਪਿੱਛੇ 10 ਲੋਕ ਦੇ ਟੈਸਟ ਕੀਤੇ ਜਾਣ। ਪਰ ਗੁਰਦਾਸਪੁਰ ਜ਼ਿਲ੍ਹਾ ਨੇ 14.9 ਦੀ ਐਵਰੇਜ ਕੀਤੀ ਹੈ, ਤਕਰੀਬਨ 15 ਅਸੀਂ ਕੰਟੈਕਟਸ ਜਿਹੜੇ ਨੇ ਟੈਸਟ ਕੀਤੇ ਨੇ ਪ੍ਰਤੀ ਪੋਜ਼ਿਟਿਵ ਪਰਸਨ। ਇਸ ਚੀਜ਼ ਨਾਲ ਸਾਨੂੰ ਇਹ ਬੈਨੀਫਿਟ ਮਿਲਿਆ ਕਿ ਅਸੀਂ ਜਿਹੜੀ ਕੋਵਿਡ ਦੀ ਬਿਮਾਰੀ ਦੀ ਖਰਾਬ ਹੈ ਉਹਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਸਕਦੇ। ਇਸ ਕਰਕੇ ਜੋ ਐਪੀਡੀਮੋਲੋਜੀ ਦੇ ਮਾਹਿਰ ਨੇ ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦਾ 3ਜਾ ਵੱਡਾ ਜ਼ਿਲ੍ਹਾ ਹੈ ਆਬਾਦੀ ਦੇ ਅਨੁਸਾਰ, ਇੱਥੇ ਬਿਮਾਰੀ ਫੈਲੇਗੀ ਔਰ ਇੱਥੇ ਤਕਰੀਬਨ 5000 ਤੋਂ ਵੱਧ ਕੇਸ ਆਉਣਗੇ ਐਟ ਏ ਟਾਈਮ ਐਕਟਿਵ ਕੇਸਿਸ। ਔਰ ਸਾਡੀ ਜਿਹੜੀ ਪੂਰੀ ਗੁਰਦਾਸਪੁਰ ਵਾਸੀਆਂ ਦੀ ਸਹਿਯੋਗ ਕਰਕੇ ਆਪਣੇ ਐਕਟਿਵ ਕੇਸ ਪੀਕ ਪੀਕ ਦੇ ਟਾਈਮ ਦੇ ਉੱਪਰ ਵੀ 1300 ਨਹੀਂ ਹੋਏ। ਇਸੇ ਪ੍ਰਕਾਰ ਇਹ ਪ੍ਰੈਡਿਕਟ ਕੀਤਾ ਗਿਆ ਸੀਗਾ ਕਿ ਪੀਕ ਦੇ ਵਿੱਚ 18 ਤੋਂ 20 ਮੌਤਾਂ ਡੇਲੀ ਹੋਣਗੀਆਂ, ਹਾਲਾਂਕਿ ਇੱਕ ਮੌਤ ਵੀ ਨਹੀਂ ਹੋਣੀ ਚਾਹੀਦੀ, ਇੱਕ ਵੀ ਜਾਨ ਨਹੀਂ ਜਾਣੀ ਚਾਹੀਦੀ। ਪਰੰਤੂ ਆਪਣੇ ਪੀਕ ਦੇ ਵਿੱਚ ਕੇਵਲ 1 ਜਾਂ 2 ਦਿਨ ਵਾਸਤੇ 5 ਜਾਂ 6 ਮੌਤਾਂ ਹੋਈਆਂ, ਨਹੀਂ ਤਾਂ 2, 3, 4 ਦਿਨ ਖੜੀ ਰੇਸ਼ੋ ਰਹੀ। ਔਰ ਉਹਨੇ ਘੱਟ ਕੇ ਤਕਰੀਬਨ ਹਰ ਘੰਟੇ ਦੇ ਇੱਕ ਮੌਤ ਲੱਗੀ ਕਿ ਹੋਰ ਮੈਨੂੰ ਲੱਗਦਾ ਘੱਟ ਜਾਏਗੀ। ਇਹਨਾਂ ਤੋਂ ਜੇ ਆਪਾਂ ਬਚ ਸਕਦੇ ਹਾਂ, ਅਜੇ ਵੀ ਬਚ ਸਕਦੇ ਹਾਂ ਜੇਕਰ ਆਪਾਂ ਟਾਈਮ 'ਚ ਟੈਸਟਿੰਗ ਕਰਾਈਏ। ਅੱਜ ਇੱਕ ਮੌਤ ਹੋਈ ਹੈ, ਉਹਨਾਂ ਦੇ ਬਾਅਦ ਸਾਨੂੰ ਅਸੀਂ ਵੀ ਕਿਹਾ ਕਿ ਤੁਸੀਂ ਉਹਨੂੰ ਹੋਸਪਿਟਲ ਐਡਮਿਟ ਕਰ ਲਓ। ਦੁੱਖ ਦੀ ਗੱਲ ਹੈ ਕਿ ਹੋਸਪਿਟਲ ਨਹੀਂ ਗਏ ਅਤੇ ਨੁਕਸਾਨ ਹੋ। ਸੋ ਮੈਂ ਇੱਕ ਕਰਾਂਗਾ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਆਪਾਂ ਨੂੰ ਲੱਛਣ ਆਉਂਦੇ ਨੇ ਆਪਾਂ ਆਪਣੇ ਟੈਸਟ ਕਰਾਈਏ। ਮੈਂ ਆਪਣੀ ਉਦਾਹਰਨ ਦੇ ਕੇ ਦੱਸਣਾ, ਪਰਸੋਂ ਰਾਤ ਨੂੰ ਮੈਨੂੰ ਲੱਗ ਗਿਆ ਸੀਗਾ ਕਿ ਬਦਨ ਦਰਦ ਕਰ ਗਿਆ ਅਤੇ ਥੋੜ੍ਹਾ ਬਹੁਤ ਗਲਾ ਖੜਾ ਹੋ ਗਿਆ ਸੀ। ਪਹਿਲਾ ਕੰਮ ਇਹ ਕੀਤਾ ਕਿ ਸਵੇਰ ਉੱਠ ਕੇ ਆਪਣਾ ਰੈਪਿਡ ਐਂਟੀਜਨ ਟੈਸਟ ਕਰਾਇਆ, ਉਹ ਨੈਗੇਟਿਵ ਆਇਆ। ਪਰੰਤੂ ਪ੍ਰੋਟੋਕੋਲ ਇਹ ਕਹਿੰਦਾ ਹੈ ਕਿ ਜੇਕਰ ਥੋੜ੍ਹਾ ਬਹੁਤ ਸਿੰਪਟਮਸ ਨੇ, ਗਲਾ ਖਰਾਬ ਹੈ, ਬੁਖਾਰ ਹੈ, ਤੁਸੀਂ ਰੈਪਿਡ ਐਂਟੀਜਨ ਟੈਸਟ ਕਰਾਉਂਦੇ ਹੋ ਨੈਗੇਟਿਵ ਹੁੰਦਾ ਤਾਂ ਤੁਹਾਨੂੰ RT-PCR ਨਹੀਂ ਕਨਫਰਮ ਕਰਨਾ ਚਾਹੀਦਾ। ਤਾਂ ਤੁਰੰਤ ਤੁਹਾਨੂੰ ਮੈਂ RT-PCR ਨਹੀਂ ਕਨਫਰਮ ਕੀਤਾ। ਸ਼ੁਕਰ ਦੀ ਗੱਲ ਹੈ ਕਿ ਮੇਰਾ ਟੈਸਟ ਨੈਗੇਟਿਵ ਆਇਆ। ਪਰੰਤੂ ਜੇ ਮੈਂ ਟੈਸਟ ਸਮੇਂ ਸਿਰ ਕਰਵਾਇਆ, ਇਹ ਮੈਂ ਕਿਸੇ ਦਾ ਅਹਿਸਾਨ ਨਹੀਂ ਕੀਤਾ, ਇਹ ਮੈਂ ਆਪਣੇ ਫਾਇਦੇ ਲਈ ਕੀਤਾ, ਆਪਣੇ ਪਰਿਵਾਰ ਦੇ ਫਾਇਦੇ ਲਈ ਕੀਤਾ। ਮੇਰੇ ਪਰਿਵਾਰ ਦੇ ਵਿੱਚ ਵੀ ਬਜ਼ੁਰਗ ਨੇ, ਮੇਰੇ ਪਰਿਵਾਰ ਦੇ ਮੈਂਬਰ ਐਸੇ ਵੀ ਹੈਗੇ ਹੈ ਜਿਨ੍ਹਾਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ। ਸੋ ਜੇ ਮੈਂ ਸਮੇਂ ਸਿਰ ਟੈਸਟ ਕਰਵਾਉਣਾ ਤਾਂ ਮੈਂ ਇੱਕ ਜ਼ਿੰਮੇਦਾਰ ਨਾਗਰਿਕ ਦੀ ਰੋਲ ਅਦਾ ਕਰਨਾ, ਜ਼ਿੰਮੇਦਾਰ ਪਰਿਵਾਰ ਦੇ ਮੈਂਬਰ ਦਾ ਰੋਲ ਅਦਾ ਕਰਨਾ, ਆਪਣੇ ਦੋਸਤਾਂ ਨੂੰ, ਆਪਣੇ ਫਰੈਂਡਸ ਨੂੰ, ਆਪਣੇ ਫੈਮਿਲੀ ਮੈਂਬਰਸ ਨੂੰ ਪ੍ਰੋਟੈਕਟ ਕਰਨਾ। ਇਸ ਵਾਸਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਬੰਦੇ ਆਪਣੇ ਪਰਿਵਾਰ ਲਈ, ਆਪਣੇ ਸਮਾਜ ਲਈ ਜ਼ਿੰਮੇਵਾਰ ਹਾਂ। ਜਦੋਂ ਹੀ ਕੋਈ ਸਿੰਪਟਮ ਆਉਂਦਾ ਤੁਰੰਤ ਆਪਣਾ ਟੈਸਟ ਕਰਵਾਈਏ। ਅਸੀਂ ਹੁਣ ਇਸ ਵੇਲੇ ਪ੍ਰਾਈਵੇਟ ਲੈਬ ਦੇ ਵਿਵਸਥਾ ਕਰ ਦਿੱਤੀ ਹੈ ਔਰ ਸਰਕਾਰੀ ਲੈਬ ਵੀ ਟੈਸਟ ਹੋ ਰਹੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਜੇਕਰ ਅਸੀਂ ਟੈਸਟਿੰਗ ਨੂੰ ਇਸੇ ਲੈਵਲ 'ਤੇ ਬਣਾ ਕੇ ਰੱਖੀਏ ਜਿਵੇਂ ਸਾਡੀ ਇਸ ਵੇਲੇ ਤਕਰੀਬਨ ਅਸੀਂ 1500-1600 ਸੈਂਪਲ ਲੈ ਰਹੇ ਹਾਂ। ਦੇਖੋ ਕੋਵਿਡ ਦੀ ਬਿਮਾਰੀ ਇਸ ਵੇਲੇ ਤੱਕ ਕੋਈ ਪੱਕਾ ਇਲਾਜ ਤਾਂ ਹੈ ਨਹੀਂ, ਇੱਕੋ ਚੀਜ਼ ਹੈ ਕਿ ਆਈਸੋਲੇਸ਼ਨ, ਜਾਂ ਤਾਂ ਲਾਕਡਾਊਨ ਲਾ ਦਈਏ
सारे एरिए बंद कर दिए और सारी इकोनॉमिक एक्टिविटी को क्रश कर दिए। दूसरा तरीका स्मार्ट लॉकडाउन करिए कि जो बंदा टेस्ट पॉजिटिव आ गया ओपन करे रेस्ट करे वो आइसोलेट होकर बैठ जाए। बस ये भी यकीनी बनाया है कि मिशन फतेह की कार्यक्रम पंजाब सरकार द्वारा दिखाई जा रही है वो हर घर से पहुंचे। मेरे वालों तीन लैवल से चैकिंग की जाती है, डेली साढ़े वालों टेलीफोन की कॉल की जाती है, हर पेशेंट हाल चाल पूछा जाता है और मिशन फतेह किट बारे पूछा जाता है। साड़िया मेडिकल विभाग दीम घर जाके पता कर दें और ये नाल बूथ लैवल ऑफिसर जाके भी वेरीफिकेशन कर देते हैं कि पेशेंट ठीक है। इस करके साथ होम आइसोलेशन के कोई नुकसान नहीं हो। जो आप टेस्टों की गल करिए गुरदासपुर जिले हूँ तक 150,946 सैंपल आए किए जा चुके हैं जो कि रिकॉर्ड है। असी 88,791 साड़ी एवरेज है पर मिलियन टेस्ट की जी कि बहुत उच्ची है और इस वे साढ़े को केवल 176 पेशेंट ने जोड़े कि होम आइसोलेशन से 36 पेशेंट ऐसे गुरदासपुर जिले से है ही नहीं, उन्होंने एड्रैस गुरदासपुर है परंतु वह जिले के बाहर के हॉस्पिटलों में ने और 8 पेशेंट साढ़े डिस्ट्रिक्ट हॉस्पिटल गुरदासपुर ने और उस तो बाद 4 पेशेंट साढ़े मिलिट्री हॉस्पिटल ने आर्मी में पैदा कर रहे हैं। सो साड़ी जी एक्टिव पेशेंट की संख्या है वो घट के केवल 188 कर दिया और साड़ी पीक से 1300-1400 पेशेंट हो गई थी। ये तो लग रहा है कि साढ़ा रिकवरी रेट है वो 90% ऊपर चला गया। तकरीबन साढ़े टोटल जो पॉजिटिव आए थे वो आए थे 6,744 और केवल उन्होंने इस वेले 200 के लगभग पेशेंट सरकारी हॉस्पिटल के ने इट मीन साढ़ा जो बीमारी का कंट्रोल है वो काफ़ी हद तक असी कामयाब होने कंट्रोल करने के। जे अच आप देखिए रेशो के हिसाब न तो मोर दैन 95% का रिकवरी रेट इसलिए गुरदासपुर आ रही है। परंतु यह मतलब यह नहीं कि कोविड से कंट्रोल कर रहे हैं, असी अज भी उन्ना ही खर्चा दे रखे हैं। बीमारी किसी भी शुरू हो सकती है तो रात का समस्या आ रहा है, रामलीला के फंक्शन चल रहे हैं, दशहरा का फंक्शन बनेगा। मेरी एक ही अपील है कि मास्क लगा के रहो और हैंड हाइजीन का ध्यान रखो। किसी भी वस्तु हाथ लाने तो बाद अपने मुँह या नक् हाथ लाने तो पहला ज्यादा सैनिटाइज करो या साबुन के नाल 20 मिनट करो। जो तो किसी ने गलबात कर मास्क लगा के रखो, किसी के नेड़े ज्यादा ना जाओ, 5 या 6 फुट का फासला रखो और बंद कमरे के मीटिंग ना करो, खुले के करो। और जेकर कोई लक्षण आते हैं तब तुरंत अपना सैंपल दो, अपनी जांच कराओ और जेकर पॉजिटिव आया जाता है तो कोई बीमारी कोई गल नहीं। अब इस वे बहुत सारी ऐसी जिन्हें असं 100% क्यों तो नहीं कह सकते और असं 99% केसिस मैनेज करके कामयाब हो गए हैं और 8-9 दिन के 10 दिन से पेशेंट अपने आप ठीक हो जाए। दूसरे पास की गल सी साड़ी कि असी अपने जिला वासियों के नागरिकों के नाल इंटरैक्शन स्टार्ट की हुई है, हर हफ्ते असं जूम मीटिंग करते हैं। वो भी मैं अपील करना कि आप सारे इकट्ठे होइए, ज्वाइन करिए, अपने जो इशूज ने वो सामने रखिए और असं भी कोशिश कर रहे हैं कि वो इशू सारे फाइनल सॉल्व हो। इस वे साड़ी अनाज की खरीद चल रही है, अनाज की खरीद भी साढ़ा काम बड़ा अच्छा चल रहा है। हूँ तक साढ़ा तकरीबन 70-75% जो अनाज है पैटी है वो मंडियां जाके आ चुकी है, खरीदी जा चुकी है। जो अज के आंकड़े की गल करिए अज साढ़े आंकड़े के अनुसार तकरीबन साढ़े 75% जी आमद हो चुकी है और असी यकीनी बनाया है कि किसान भरावों MSP दी। मैंने अखबार के लिए खबर दी सी और बड़ा स्ट्रोंग स्टेटमेंट दिता सीगा कि किसी भी किसान को MSP तो घट समान नहीं बेचना पड़ेगा और असं यकीनी बना रहे हैं, लगातार यकीनी बना रहे हैं कि किसान जीवन अनाज जरा उन्होंने पैडी है जो सरकार द्वारा निश्चित रेट है वो खरीद रहा है। जेकर किसी थान पर कोई गड़बड़ की जाती है असं सख्त एक्शन ले रहे हैं, फाइन भी कर रहे हैं और होर भी कर रहे हैं। तो जो आंकड़े की गल करिए साढ़े गुरदासपुर से हूँ तक 5,38,599 मीट्रिक टन जो अनाज आ चुके हैं और वो असी तकरीबन 5,36,000 मीट्रिक टन जो अनाज है किसान का खरीदा जा चुके हैं। सो एक दाना खरीदे जा चुके हैं
और सर्जरी लिफ्टिंग भी है वो भी 90% हो गई है और असी हूँ तक किसान भी जानू 586.18 करोड़ की जी पेमेंट है वो पैडी वाले कर देती है। जो आप पैडी की गल कर रहे हैं असं तकरीबन 50 उड़न दस्ते बनाए ने ये उड़न दस्ते किसानों काम करने वास्ते परेशान करने वास्ते नहीं है। इधर मुख्य मंत्री एक ही है कि किसान बिना में जाके खेतों को अग लाने चाहिए। जो असं अग लाने सा पिंड सा शहर गैस चैंबर बीमारियां बढ़िया ने मौत बढ़िया। मैं अपनी टीम को हदायत की है कि आप किसी नाल भी कोई सख्त कार्रवाई नहीं करनी केवल निम्रता दे नाल प्यार दे नाल अपील करनी है समझाना है और रिक्वेस्ट करनी है कि आप खेत में अग ना लगे और जे कोई किसान भी गलती नाल अग ला भी लैंदा है तो फायर ब्रिगेड के नाल जां ट्रैक्टर के नाल उस अग नूं बुझा दिता जाए कि जिहड़े जिम्मेदार भरा उस अग नूं मन लैंदे ने असीं उहनां उप्पर कोई सख्त कार्रवाई नहीं करते। साडा इक्को ही मंतव है कि आपां रल मिल के इस समस्या को हल करिए। जिहड़े किसान भी रग्गा लाउंदे ने अपना नुकसान भी करदे ने पिंड का भी नुकसान होंगे देश का भी नुकसान होंगे जिले का भी नुकसान और जिहड़ी जमीन की उपजाऊ शक्ति घट जाती है। जेकर असीं अग्गे ना लाइए तो सानूं झाड़ वध मिलता है इस्टैबलिश कर देता है। सो मैं इक्को अपील करांगा साडे किसान भीरां नूं कि जिवें असीं कोशिश कर रहे हैं कि मंडियां दे विच पूरा भाव मिले उसे थोड़ी गजरवाली ना होगी तुम कोई तंग ना करे कोई ब्लैकमेल ना करे थोड़ा कोई ना मारे तो सब सब तो बड़ा दर्द किसान का दर्द है। किसान 6 महीने मेहनत करता है 4 महीने अपनी फसल में बीजता है रिस्क लेंदा है और मंडी जाकर उन्हें लुट सुट नहीं होनी चाहिए। ये मेरा एक पर्सनल मिशन है टीचर है और डेली मैं सवेरे 9 बजे तो जाएगी 10:30 बजे तक मेरे बारे मीटिंग भी करना साढ़े फूड अधिकारियों के नाल साड़ी खरीद एजेंसियों के नाल साड़े मंडी बोर्ड के अफसर के नाल ਸਾਡੇ ਆਰਮੀ ਦੇ ਰਿਟਾਇਰਡ ਆਫਿਸਰ ਨੇ ਜਿਹਨੂੰ ਅਸੀਂ ਗਾਰਡਨਸ ਔਫ ਵਰਨਸ ਕਹਿੰਦੇ ਹਾਂ ਉਹ ਵੀ ਜਾ ਕੇ ਚੈੱਕ ਕਰਦੇ ਉਹਨਾਂ ਨਾਲ ਮੀਟਿੰਗ ਕਰ ਰਹੇ ਹਾਂ ਔਰ ਜੋ ਡਿਫੀਕਲਟੀ ਅਸੀਂ ਸੋਲਵ ਕਰ ਰਹੇ ਪਰ ਮੈਂ ਨਾਲ ਦੇ ਨਾਲ ਇਹ ਵੀ ਅਪੀਲ ਕਰਾਂਗਾ ਕਿ ਆਪਾਂ ਵੀ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਆਪਣੀ ਜਿਹੜੀ ਰਹਿਤ ਹੁੰਦਾ ਹੈ ਉਹਨੂੰ ਅੱਗ ਲਾ ਲਈਏ ਆਪਣਾ ਵੀ ਫਾਇਦਾ ਕਰੀਏ ਸਮਾਜ ਦਾ ਵੀ ਫਾਇਦਾ। ਬੜਾ ਚੰਗਾ ਲੱਗਦਾ ਕਿ ਅੱਗ ਲਾ ਕੇ ਫਟਾਫਟ ਜ਼ਮੀਨ ਵਾਹ ਦਿੱਤੀ ਪਰੰਤੂ ਇਹਦੇ ਦੂਰ ਗਾਮੀ ਨੁਕਸਾਨ ਨੇ। ਇਨਫੈਕਟ ਅੱਜ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜੀ ਖੇਤਾਂ 'ਚ ਅੱਗ ਲਾ ਜਾਂਦੀ ਹੈ ਉਸ ਦਾ ਮਿੱਟੀ ਦਾ ਸਟਰਕਚਰ ਹੈ ਉਹ ਵੀ ਖਰਾਬ ਹੋ ਜਾਂਦਾ ਫਸਲ ਦੀ ਯੀਲਡ ਘੱਟ ਜਾਂਦੀ ਹੈ ਕਣਕ ਦੀ ਜਿਹੜੀ ਯੀਲਡ ਉਹ ਘੱਟ ਜਾਂਦੀ ਹੈ ਔਰ ਕਿਸਾਨ ਨੂੰ ਕੈਮੀਕਲ ਖਾਦਾਂ ਵੱਧ ਪਾਉਣੀਆਂ ਪੈਂਦੀਆਂ ਨੇ ਉਹਦੇ ਨਾਲ ਕੈਂਸਰ ਬਣਨ ਦੇ ਚਾਂਸਿਸ ਹੋ ਜਾਂਦੇ ਨੇ ਔਰ ਪ੍ਰਦੂਸ਼ਣ ਤਾਂ ਹੁੰਦਾ ਹੀ ਹੁੰਦਾ ਜਿਸ ਥਾਂ 'ਤੇ ਅੱਗ ਲੱਗੀ ਹੁੰਦੀ ਹੈ 2 ਘੰਟੇ ਬਾਅਦ ਜਾ ਕੇ ਦੇਖੋ ਗੈਸ ਸਿਲੰਡਰ ਬਣਿਆ ਹੁੰਦਾ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ। ਸੋ ਹੁਣ ਤੱਕ ਅਸੀਂ ਕਾਫੀ ਹੱਦ ਤੱਕ ਕਿਸਾਨ ਦੇ ਨਾਲ ਸਹਿਯੋਗ ਨਾਲ ਕਾਮਯਾਬ ਹੋਏ ਹਾਂ ਲੈਣ ਦੇ ਵਿੱਚ ਫਿਰ ਵੀ ਇੱਕ ਅੱਧਾ ਘਟਨਾਵਾਂ ਹੋ ਰਹੀਆਂ ਨੇ ਲੋਹੇ ਦੀਆਂ ਜਿਹੜੇ ਕਿ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਉਹਨਾਂ ਨੂੰ ਰੋਕੀਏ। ਆਪਾਂ ਸਾਰੇ ਮੈਂ ਪੰਚਾਇਤਾਂ ਨੂੰ ਅਪੀਲ ਕਰਦਾ ਸਾਡੇ ਪਿੰਡਾਂ 'ਚ ਨੰਬਰਦਾਰ ਸਾਹਿਬਾਨ ਉਹਨਾਂ ਨੂੰ ਅਪੀਲ ਕਰਦਾ ਹੋਰ ਵਲੰਟੀਅਰ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਾਂ ਅੱਜ ਪੂਰੀ ਇੱਕ ਮੁਹਿੰਮ ਚਲਾਈਏ ਇੱਕ ਪ੍ਰਚਾਰ ਕਰੀਏ ਦਾ ਵਰਗੇ ਇਸ ਗੱਲ ਦਾ ਕਿ ਅਸੀਂ ਅੱਗ ਨਹੀਂ ਅਸੀਂ ਆਪਣੀ ਰਹਿਣ ਹੁੰਦਾ ਉਹਨੂੰ ਖੇਤ ਦੇ ਵਿੱਚ ਹੀ ਅਬਜ਼ਰਵ ਕਰਨਾ ਹੈ ਉਹਨੂੰ ਉਦਾਂ ਹੀ ਪ੍ਰਯੋਗ ਕਰਨਾ ਜੋ ਸਾਨੂੰ ਖੇਤੀਬਾੜੀ ਦੇ ਮਾਹਿਰ ਦੱਸਦੇ ਨੇ ਉੱਦਾਂ ਕਰਨਾ ਪਰ ਅੱਗ ਲਾਉਣੀ ਬਦਲੀ ਨਹੀਂ ਕਰਨੀ ਇਹਦੇ ਨਾਲ ਹੀ ਅਸੀਂ ਆਪਣੇ ਜ਼ਿਲ੍ਹੇ ਨੂੰ ਬਿਮਾਰੀਆਂ ਤੋਂ ਬਚਾ ਸਕਦੇ। ਇਸੇ ਪ੍ਰਕਾਰ ਹੁਣ ਡੇਂਗੂ ਦੀ ਬਿਮਾਰੀ ਵੀ ਕਾਫੀ ਪੈਰ ਫੈਲਾ ਰਹੀ ਹੈ ਸਾਡੇ 2 ਸ਼ਹਿਰਾਂ ਦੇ ਵਿੱਚ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਵਿਖੇ ਜ਼ਿਆਦਾ ਐਕਸੀਡੈਂਟ ਹੋ ਰਹੇ ਹਨ। ਡੇਂਗੂ ਬਾਰੇ ਮੈਂ ਦੱਸ ਦਿੰਦਾ ਕਿ ਡੇਂਗੂ ਕੋਵਿਡ ਵਾਂਗੂ ਨਹੀਂ ਫੈਲਦਾ ਇਹ ਡੇਂਗੂ ਜਿੱਥੇ ਹੋਇਆ ਹੁੰਦਾ ਉਸ ਘਰ ਦੇ ਆਸ ਪਾਸ ਹੀ ਫੈਲਦਾ ਡੇਂਗੂ ਦਾ ਮੱਛਰ ਜਿਹੜਾ ਹੈ ਉਹ ਬਹੁਤ ਦੂਰ ਤੱਕ ਨਹੀਂ ਜਾ ਸਕਦਾ ਔਰ ਦੂਸਰਾ ਹੈ ਸਾਫ਼ ਪਾਣੀ ਦੇ ਉੱਪਰ ਹੁੰਦਾ ਹੈ ਫਿਰ ਤਾਂ ਆਪਣੇ ਘਰ ਦੇ ਵਿੱਚ ਕੋਈ ਵਾਟਰ ਕੂਲਰ ਕੋਈ ਬਾਥਰੂਮ ਦੇ ਵਿੱਚ ਪਾਣੀ ਕੋਈ ਬਾਲਟੀ ਦੇ ਵਿੱਚ ਪਾਣੀ ਨਾ ਪਿਆ ਕਿਉਂਕਿ ਜ਼ਿਆਦਾਤਰ ਦਿਨ ਦੇ ਵਿੱਚ ਕੱਟਦਾ ਹੈ ਔਰ ਸਾਫ ਪਾਣੀ ਉੱਪਰ ਹੁੰਦਾ ਹੈ। ਸੋ ਸਾਡੇ ਜਿਹੜੇ ਘਰਾਂ ਦੇ ਵਿੱਚ ਪਾਣੀ ਦੇ ਸਾਡੇ ਦੇ ਸੁੰਮੇ ਨੇ ਅਸੀਂ ਉਹਨੂੰ ਖਤਮ ਕਰੀਏ ਉੱਥੇ ਪਾਣੀ ਕੋਈ ਸਟੇਅ ਨਹੀਂ ਹੋਣਾ ਚਾਹੀਦਾ। ਜੇ ਕਿਸੇ ਆਸ ਪਾਸ ਕੋਈ ਡੇਂਗੂ ਹੋ ਜਾਂਦਾ ਹੈ ਤਾਂ ਆਪਣੇ ਘਰ 'ਚ ਸਪਰੇਅ ਜ਼ਰੂਰ ਕਰਾ ਲਓ। ਮਿਊਂਸਪੈਲਟੀ ਨੇ ਅਸੀਂ ਹਦਾਇਤਾਂ ਕੀਤੀਆਂ ਉਹਨੇ ਸਪਰੇਅ ਕਰ ਵੀ ਰਹੇ ਨੇ ਜਿੱਥੋਂ ਕੇਸ ਹੁੰਦਾ ਉੱਥੇ ਮਿਊਂਸਪੈਲਟੀ ਨੇ ਅਪਰੋਚ ਕਰਕੇ ਸਪਰੇਅ ਕਰਾਓ ਨਹੀਂ ਤਾਂ ਅਸੀਂ ਵੀਕਲੀ ਮੀਟਿੰਗ ਕਰਦੇ ਹਾਂ ਉੱਥੇ ਅਗਰ ਆਪਣੀ ਮੰਗ ਸਾਹਮਣੇ ਰੱਖ ਸਕਦੇ ਹਾਂ ਅਸੀਂ ਉੱਥੇ ਵੀ ਹਦਾਇਤਾਂ ਕਰਾਂਗੇ ਸਪਰੇਅ ਕੀਤਾ ਜਾਵੇਗਾ ਔਰ ਆਪਣੇ ਘਰਾਂ 'ਚ ਜ਼ਰੂਰ ਧਿਆਨ ਰੱਖੋ। ਮੱਛਰ ਤੋਂ ਇਸ ਵੇਲੇ ਜਿਹੜਾ ਡੇ ਟਾਈਮ ਦੇ ਵਿੱਚ ਬਚਣਾ ਬਹੁਤ ਜ਼ਰੂਰੀ ਹੈ। ਆਪਣੇ ਪੈਰਾਂ 'ਚ ਜਰਾਬਾਂ ਪਾ ਕੇ ਰੱਖੋ ਔਰ ਜਿੱਥੇ ਆਪਾਂ ਬੈਠਦੇ ਹਾਂ ਖਾਸ ਤੌਰ 'ਤੇ ਜਿਵੇਂ ਦਫ਼ਤਰ ਦੇ ਵਿੱਚ ਬੈਠਦੇ ਹਾਂ ਜਾਂ ਘਰੇ ਵੀ ਬੈਠਦੇ ਹਾਂ ਸੋਫੇ ਦੀ ਰੇਖਾਂ ਦਿਨ ਦੇ ਵਿੱਚ ਮੱਛਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਪਾਂ ਇਹਨੂੰ ਬਚਾਉ ਕਰੀਏ ਔਰ ਆਪਾਂ ਤੋਂ ਬਚ ਸਕੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਸ ਕਰਦਾ ਕਿ ਅਸੀਂ ਅੱਜ ਬੜਾ ਖੁਸ਼ੀਆਂ ਭਰਿਆ ਹੋਇਆ ਤਿਉਹਾਰ ਮਨਾਵਾਂਗੇ। ਦੀਵਾਲੀ ਦਾ ਤਿਉਹਾਰ ਸਾਹਮਣੇ ਆ ਰਿਹਾ ਹੈ ਮੈਂ ਉਹਦੇ ਮਾਸਕ ਲਗਾਈਆਂ ਦੇ ਰਹੀ ਹਾਂ ਦੁਸ਼ਹਿਰਾ ਆ ਰਿਹਾ ਉਸ ਤੋਂ ਪਹਿਲਾਂ ਔਰ ਇਹ ਸਾਡੇ ਜਿਹੜੇ ਫੰਕਸ਼ਨ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਕਾਮਯਾਬ ਕਰੀਏ। ਕਿਸਾਨ ਵੀਰਾਂ ਨੂੰ ਵੀ ਆਸ ਕਰਦਾ ਕਿ ਉਹ ਆਪਣੀ ਜੋ ਉਹਨਾਂ ਨੇ ਮਿਹਨਤ ਦੀ ਕਮਾਈ ਹੈ ਉਹ ਆਪਣੀ ਲੈ ਕੇ ਜਾਣਗੇ ਉਹਨਾਂ ਨੂੰ ਪੂਰਾ ਭਾਅ ਮਿਲੇਗਾ ਮਨ ਜਿਹੜੀ ਫਸਲ ਹੈ ਉਹ ਸਾਰੀ ਚੱਕੀ ਜਾਵੇਗੀ ਔਰ ਅਸੀਂ ਆਪਣੇ ਵਾਤਾਵਰਨ ਨੂੰ ਮਾਰ ਲਈਏ।